ਚੰਗਾ ਇਨਸਾਨ ਉਹਨਾਂ ਕਦਰਾਂ ਕੀਮਤਾਂ 'ਤੇ ਪਹਿਰਾ ਦਊ ਤਾਂ ਹੀ ਜਾ ਕੇ ਸਾਡੇ ਸਮਾਜ ਦੇ ਵਿੱਚ ਤਰੱਕੀ ਹੋਣੀ ਆ। ਸੋ ਤੁਹਾਡਾ ਸਾਰਿਆਂ ਦਾ ਜਿੱਥੇ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਮੈਂ ਸਾਰਿਆਂ ਤੋਂ ਮਾਫੀ ਚਾਹੁੰਦਾ ਕਿ ਮੈਂ ਬਹੁਤ ਜ਼ਿਆਦਾ ਲੇਟ ਹੋ ਗਿਆ। ਸੋ ਉਹਦੇ ਲਈ ਇੱਕ ਵਾਰ ਫਿਰ ਮੇਰਾ ਖਿਆਲ ਹੈ, ਕਿਉਂਕਿ ਮੈਂ ਹਜੇ ਵੀ ਮੈਨੂੰ ਇੱਦਾਂ ਦੀ ਫੀਲਿੰਗ ਆਉਂਦੀ ਆ ਕਿ ਪੋਲੀਟੀਸ਼ਨ ਨੂੰ ਬਹੁਤਾ ਕਦੀ ਵੀ ਚੰਗਾ ਨਹੀਂ ਸਮਝਿਆ ਜਾਂਦਾ। ਪਰ ਇੱਕ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਜਿੱਥੇ ਜਿੱਥੇ ਵੀ ਆਪਾਂ ਜ਼ਿੰਮੇਵਾਰੀ ਲੈ ਸਕਦੇ ਹਾਂ, ਕਿਉਂਕਿ ਜੇ ਚੰਗੇ ਇਨਸਾਨ ਜਿਹੜੇ ਉਹ ਸਮਾਜ ਦੇ ਵਿੱਚ ਅੱਗੇ ਨਹੀਂ ਆਉਣਗੇ ਅਤੇ ਜਿਹੜੇ ਮਾੜੇ ਇਨਸਾਨ ਆ ਉਹ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਦਲਾਲਬਾਜ਼ੀ, ਕਿਤੇ ਨਾ ਕਿਤੇ ਇਹੋ ਜਿਹਾ ਜਿਹੜਾ ਇੰਡੀਕੇਸ਼ਨ ਦਿੰਦੇ ਆ ਉਹ ਨਹੀਂ ਤਾਂ ਸਮਾਜ ਦੇ ਵਿੱਚ ਹੀ ਰਹਿਣਗੇ। ਸੋ ਆਪਾਂ ਸਾਰੇ ਇਕੱਠੇ ਹੋ ਕੇ ਇਹੋ ਜਿਹੀ ਸੋਚ 'ਤੇ ਪਹਿਰਾ ਦਈਏ ਜਿੱਥੇ ਕਰਪਸ਼ਨ ਨਾ ਹੋਵੇ, ਜਿੱਥੇ ਡੀਕਰੈਕਟਰਾਈਜੇਸ਼ਨ ਨਾ ਹੋਵੇ, ਜਿੱਥੇ ਸਮਾਜਿਕ ਕਦਰਾਂ ਕੀਮਤਾਂ, ਜੇ ਸਾਡੇ ਕਿਤੇ ਬਜ਼ੁਰਗ ਜਾਂਦੇ ਹੋਣ, ਸਾਡੀਆਂ ਮਾਤਾਵਾਂ ਭੈਣਾਂ ਜਾਂਦੀਆਂ ਹੋਣ, ਅਤੇ ਇਹੋ ਜਿਹੀ ਨਜ਼ਰ ਨਾਲ ਦੇਖਿਆ ਜਾਵੇ, ਉਹਨਾਂ ਨੂੰ ਰਿਸਪੈਕਟ ਨਾਲ ਦੇਖਿਆ ਜਾਵੇ, ਔਰ ਇਹੋ ਜਿਹਾ ਸਮਾਜ ਆਪਾਂ ਸਿਰਜ ਸਕਦੇ, ਮੈਨੂੰ ਇਹਦੇ ਵਿੱਚ ਕਦੀ ਕੋਈ ਸੰਕੋਚ ਨਹੀਂ ਹੈ ਔਰ ਕਦੀ ਮੇਰੀ ਸੋਚ ਦੇ ਵਿੱਚ ਇਹੋ ਜਿਹੀ ਗੁੰਜਾਇਸ਼ ਹੀ ਨਹੀਂ ਰਹਿੰਦੀ ਕਿ ਜਿੱਥੇ ਆਪਾਂ ਜੇ ਸਾਰੇ ਇਕੱਠੇ ਹੋ ਜਾਈਏ ਅਤੇ ਆਪਾਂ ਤਰੱਕੀ ਨਹੀਂ ਕਰ ਸਕਾਂਗੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਜੈ ਹਿੰਦ। ਚਾਹੇ ਜਿਤਨਾ ਦਮ ਲਗਾ ਲੇ।
ਸਕਦੇ ਹਾਂ।